ਜਿਵੇਂ ਕੋਈ ਨਵਾਂ ਬੰਦਾ ਕੰਮ ਕਰਦਾ ਹੈ ਉਹਨੂੰ ਕਿੰਨੇ ਕਾਲੀ ਬੱਕਰੀ ਖਰੀਦਣੀ ਚਾਹੀਦੀ ਉਹਨੂੰ ਬਈ ਘਟ ਦਮਾਨੀ ਬੱਕਰੀ ਖਰੀਦਣੀ ਚਾਹੀਦੀ ਹੈ ਬੜੇ ਉੱਚੇ ਰੇਟ ਦੀ ਬੱਕਰੀ ਨਹੀਂ ਖਰੀਦਣੀ ਚਾਹੀਦੀ ਕਿਉਂ ਉਹਨੂੰ ਨੌਲੇਜ ਨਹੀਂ ਕਿੰਨੇ ਰੁਪਏ ਮੰਗਦੇ ਹੋ ਮੰਗੇ ਦਾਦਾ ਬਈ 17000 ਰੁਪਏ ਮਾੜੀ ਗਾਈ ਮਰ ਗੱਲੇ ਬੈ ਲੋ ਜੀ 3.5 ਕਿਲੋ ਪੰਗ ਸਾਹਿਬ ਕਹਿੰਦੇ ਵੀ ਦੇ ਦੂ ਕਿ ਦੁੱਧ ਛੱਡ ਦਾਂਗੇ 28 ਛੱਡ ਦਾਂਗੇ 28 ਛੱਡ ਦਾਂਗੇ ਨਾ ਉੱਥੇ ਜਾ ਕੇ ਛੱਡ ਦੋਗੇ 27 ਹਾਂ ਕਿੰਨੇ ਰੁਪਏ ਮੰਗਦੇ ਪੰਗ ਸਾਹਿਬ ਦੇ ਇਹਦਾ ਮੰਗਦਾ ਜੀ 33000 ਰੁਪਏ 33000 ਰੁਪਏ ਮੰਗਿਆ ਬਈ ਕੈਮਿਸ ਹੋ ਗਿਆ ਸੀ ਜੇ ਗੱਬੜ ਦੀ ਆਪਣੀ ਗੱਲ ਹੁੰਦੇ ਨੇ ਤੇ ਪੰਗੂ ਸਾਹਿਬ ਹਾਂਜੀ ਇਹ 50000 ਦੀ ਵਿਕਦੀ ਹਾਂਜੀ ਹਾਂ ਕੱਦ ਬੰਟ ਵਧੀਆ ਖਰਾ ਕੱਦ ਵਧੀਆ ਤੇ ਕਿੰਨੇ ਰੁਪਏ ਮੰਗਦੇ ਹੋ ਜੀ ਇਹਦਾ 35000 ਰੁਪਏ ਇਹਦਾ 35000 ਰੁਪਏ ਹਮ ਦਿਖਾ ਦੇ ਬੱਕਰੀ ਇੱਕ ਵਾਰੀ ਦੇਖ ਸਕਦੇ ਹਾਂ ਸੋਹਣੀ ਬੱਕਰੀ ਕਿੰਨੇ ਰੁਪਏ ਮੰਗਦੇ ਹੋ 35000 ਰੁਪਏ ਦੇ 35000 ਰੁਪਏ ਕੱਲੀ ਬੱਕਰੀ ਦਾ ਹਾਂਜੀ ਬੱਕਰੀ ਬਹੁਤ ਚੰਗੀ ਹੈ ਜੀ ਬੱਕਰੀ ਚੰਗੀ ਹੈ ਨਾ ਹਾਂ 35000 ਰੁਪਏ ਮੰਗਿਆ ਹੋਇਆ ਦੇਖ ਸਕਦੇ ਜਿਹੜਾ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆ ਸਤਿ ਸ਼੍ਰੀ ਅਕਾਲ ਵੀਰਾਂ ਸਾਰੇ ਠੀਕ ਠਾਕ ਹੋ ਮੈਂ ਖੜਾਂਗੇ ਪਨੀਰ ਬੱਕਰੀਆਂ ਦੀ ਮੰਡੀ ਦੇ ਵਿੱਚ 5 ਅਤੇ 20 ਤਰੀਕ ਨੂੰ ਪਨੀਰ ਬੱਕਰੀਆਂ ਦੀ ਮੰਡੀ ਹੁੰਦੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ 28 ਨਵੰਬਰ ਨੂੰ ਵੀ ਇਹ ਮੰਡੀ ਜਿਹੜੀ ਲੱਗਣ ਜਾ ਰਹੀ ਹੈ 21 ਯਾਨੀ ਕਿ ਮਹੀਨੇ ਦੇ ਵਿੱਚ 3 ਮੰਡੀਆਂ ਇਹ ਹੋਇਆ ਕਰਨਗੀਆਂ ਲੱਕੀ ਬਾਈ ਖੜਿਆ ਆਪਣੇ ਕੋਲੇ ਕਾਲੇ ਕਾਲਾ ਹਨਾ ਕਾਲੇ ਕਾਲਾ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ ਅਤੇ ਪੁੱਛਦੇ ਹਾਂ ਕਿ ਆਪਾਂ ਬੱਕਰੀਆਂ ਦੇ ਰੇਟ ਅੱਜ ਦੀ ਇਸ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਬੱਕਰੀਆਂ ਦੇ ਰੇਟ ਦਿਖਾਵਾਂਗੇ ਵੀ ਕਿਸ ਕਿਸ ਰੇਟ ਦੀਆਂ ਬੱਕਰੀਆਂ ਜਿਹੜੀਆਂ ਉਹ ਹੁਣ ਚੱਲ ਰਹੀਆਂ ਨੇ ਕੀ ਰੇਟ ਚੱਲਦਾ ਹੈ ਕੀ ਹਾਲ ਨੇ ਵਧੀਆ ਬਾਈ ਬਹੁਤ ਵਧੀਆ ਬਾਈ ਚਲੋ ਵਧੀਆ ਠੀਕ ਠਾਕ ਜੀ ਤੇ ਕਿੰਨੀਆਂ ਕੁ ਬੱਕਰੀ ਰੱਖਦੇ ਹੋ ਬਾਈ ਘਰੇ ਘਰੇ ਆਪਣੇ ਲਵੇ ਹੈਗੇ ਬਾਈ 25-26 ਨਾਲ ਅੱਛਾ ਜਿਵੇਂ ਕੋਈ ਨਵਾਂ ਬੰਦਾ ਕੰਮ ਕਰਦਾ ਹੈ ਉਹਨੂੰ ਕਿੰਨੇ ਕਾਲੀ ਬੱਕਰੀ ਖਰੀਦਣੀ ਚਾਹੀਦੀ ਉਹਨੂੰ ਬਾਈ ਘਟ ਦਮਾਨੀ ਜੀ ਬੱਕਰੀ ਖਰੀਦਣੀ ਚਾਹੀਦੀ ਹੈ ਬੜੇ ਉੱਚੇ ਰੇਟ ਦੀ ਬੱਕਰੀ ਨਹੀਂ ਖਰੀਦਣੀ ਚਾਹੀਦੀ ਕਿਉਂ ਉਹਨੂੰ ਨੌਲੇਜ ਨਹੀਂ ਹੈਗੀ ਇੰਨੀ ਬਾਈ ਕੋਈ ਵੀ ਨਵਾਂ ਬੰਦਾ ਮਤਲਬ ਕਿ ਉਹ ਕਰਦਾ ਹੁਣ ਆਪਾਂ ਦਾ ਨੌਲੇਜ ਆ ਗਈ 3 ਸਾਲ ਹੋ ਗਏ ਬਾਈ ਆਪਾਂ ਠੀਕ ਹੈ ਜੀ ਤੀਜਾ ਸਾਲ ਚੱਲ ਰਿਹਾ ਦਰਮਿਆਨੀ ਜੀ ਬੱਕਰੀ ਯਾਨੀ ਕਿ 14-15-20 ਰੁਪਏ ਦੇ ਰੇਟ ਦੇ ਬੱਚਿਆਂ ਵਾਲੀ ਬੱਕਰੀ ਲੈ ਲੈ ਬੰਦਾ ਬੱਚਿਆਂ ਵਾਲੀ ਬੱਕਰੀ ਹਾਂ ਬੱਚਿਆਂ ਵਾਲੀ ਬੱਕਰੀ ਲੈ ਦਾ ਐ ਫਾਇਦਾ ਬਾਈ ਕਿਉਂਕਿ ਗਾਹਾਂ ਨੂੰ ਬੱਚੇ ਹੋਣਗੇ 2-2 ਮਹੀਨੇ ਬਾਅਦ ਬੱਚਿਆਂ ਦਾ ਪ੍ਰੋਫਿਟ ਆ ਜੂ ਜੇ ਗੱਲ ਕਰ ਨਵਾਂ ਬੰਦਾ ਮਤਲਬ ਕਿ ਫੰਡਰ ਬੱਕਰੀ ਲੈਂਦਾ ਜਾਂ ਛੋਟੀ ਬੱਕਰੀ ਲੈਂਦਾ ਤਾਂ ਫਿਰ ਸਾਲ ਭਰ ਚੱਕੀ ਜਾਂਦਾ ਰਹਿੰਦਾ ਚੱਕੀ ਜਾਂਦਾ ਨਾ ਕਿਉਂ ਘਰੋਂ ਦਾਣੇ ਪੱਲੇ ਪਾਈ ਜਾਂਦਾ ਤੇ ਹੋਰ ਖਰਚੇ ਹੋਈ ਜਾਂਦੇ ਤੈਨੂੰ ਪਤਾ ਜਾਨਵਰ ਤਾਂ ਖਰਚੇ ਨਹੀਂ ਪਲਦਾ ਬਾਈ ਜਾਨਵਰ ਖਰਚੇ ਨਾਲ ਜਦੋਂ ਹੁਣ ਨਵੀਂ ਬੰਦੇ ਨੇ ਸੂਈ ਹੋਈ ਬੱਕਰੀ ਲੈ ਲਈ ਤਾਂ ਮੇਮਣੇ ਹੋਣਗੇ ਦੁੱਧ ਪੀ ਕੇ 2-2 ਮਹੀਨੇ ਬਾਅਦ ਮੇਮਣੇ ਮਤਲਬ ਕਿ ਵਿਕ ਸਕਦੇ ਆ ਤਾਂ 12000 ਰੁਪਇਆ ਬੰਦੇ ਨੇ 15000 ਦੀ ਬੱਕਰੀ ਲੈ ਲਈ ਤਾਂ 2 ਮਹੀਨੇ ਬਾਅਦ ਉਹ 5-7 ਹਜ਼ਾਰ ਦੇ ਮੇਮਣੇ ਵੇਚ ਸਕਦੇ ਆ ਤੇ ਉਹਦੇ ਪੈਸੇ ਪੂਰੇ ਹੋ ਗਏ ਬੱਕਰੀ ਫ੍ਰੀ ਚ ਰਹਿ ਗਈ ਉਹਨੂੰ ਉਹ ਪ੍ਰੋਫਿਟ ਹੋ ਗਿਆ ਬਾਈ ਚਲੋ ਵਧੀਆ ਗੱਲ ਹੈ ਨਾ ਕਮਾਈ ਆਉਣ ਲੱਗ ਜਾਂਦੀ ਹੈ ਸੇਤੀ ਉਹ ਕਮਾਈ ਆਉਣ ਲੱਗ ਜਾਂਦੀ ਸੇਤੀ ਬਾਈ ਮਤਲਬ ਕਿ ਜਿਵੇਂ ਹੁਣ ਅੱਜ ਕੋਈ ਬੱਕਰੀ ਲੈਂਦਾ 14-15 ਹਜ਼ਾਰ ਦੀ ਨਵਾਂ ਬੰਦਾ ਹਾਂਜੀ ਤੇ ਅੱਜ ਤੋਂ 2 ਮਹੀਨੇ ਬਾਅਦ ਇਨਕਮ ਆਉਣ ਲੱਗ ਜਾਂਦੀ ਉਹਨੂੰ ਕਿਉਂਕਿ 2 ਮਹੀਨੇ ਬਾਅਦ ਬੱਚੇ ਵਿਕ ਜਾਂਦੇ ਨੇ ਸਹੀ ਗੱਲ ਘੱਟੋ ਘੱਟ ਨਾ ਵਾਲਾ ਛੋਟਾ ਬੱਚਾ ਵੀ ਆਪਾਂ 2 ਮਹੀਨੇ ਦਾ ਵੇਚ ਦਿੰਦੇ 5-6 ਹਜ਼ਾਰ ਦਾ ਬੱਚਾ ਮੂਲ ਹੀ ਆਉਂਦਾ ਜੇ ਨਵਾਂ ਬੰਦਾ 15 ਹਜ਼ਾਰ ਦੀ ਬੱਕਰੀ ਲਊਗਾ ਤਾਂ 2 ਮਹੀਨੇ ਬਾਅਦ ਬੱਚੇ ਉਹਦੇ 6-6 ਹਜ਼ਾਰ ਦੇ ਬੱਚੇ ਵਿਕ ਗਏ ਤਾਂ 12 ਹਜ਼ਾਰ ਰੁਪਇਆ ਹੋ ਗਿਆ 3 ਹਜ਼ਾਰ ਰੁਪਏ ਬੱਕਰੀ ਰਹਿ ਗਈ ਬਿਨਾਂ ਫੇਰ ਉਹ ਦੁਬਾਰੇ ਵੀ ਮਤਲਬ ਕਿ ਕ੍ਰਾਸ ਹੋ ਜਾਂਦੀ ਆ 2-2.5 ਮਹੀਨਾਂ ਦੀ ਬੱਕਰੀ ਕ੍ਰਾਸ ਹੋ ਜਾਂਦੀ ਆ ਬਾਈ 2-2.5 ਸਹੀ ਗੱਲ ਆ ਜੀ ਤੇ 5 ਮਹੀਨਿਆਂ ਬਾਅਦ ਫੇਰ ਸੂ ਜਾਂਦੀ ਆ ਫੇਰ ਇਨਕਮ ਆਉਣ ਲੱਗ ਜਾਂਦੀ ਆ ਬੰਦੇ ਨੂੰ ਆਪਾਂ ਤਾਂ ਹੀ ਰਹਿ ਲੈਂਦੇ ਆ ਵੀ ਜਿਹੜਾ ਕੋਈ ਨਵਾਂ ਬੰਦਾ ਬੱਕਰੀ ਲੈਂਦਾ ਤੇ ਦਰਮਿਆਨੀ ਬੱਕਰੀ ਲਵੇ ਤੇ ਸੂਈ ਹੋਈ ਜਾਂ ਗੱਬਣ ਬੱਕਰੀ ਲਵੇ ਬੰਦਾ ਸਹੀ ਗੱਲ ਆ ਫੰਡਰ ਪਸ਼ੂ ਨਾ ਲਵੇ ਗੱਬਣ ਕਿੰਨੇ ਕਿ ਮਹੀਨੇ ਦੀ ਹੋਣੀ ਚਾਹੀਦੀ ਗੱਬਣ ਮਤਲਬ ਕਿ ਪਤਾ ਲੱਗਣਾ ਚਾਹੀਦਾ ਵੀ ਨੇੜੇ ਹੋਵੇ 4-5 ਨੇੜੇ ਹੋਵੇ 4 ਕਿ ਮਹੀਨਿਆਂ ਦੀ ਬੱਕਰੀ ਮਤਲਬ ਕਿ ਬੰਦੇ ਨੂੰ ਗੱਬਣ ਲੈਣੀ ਚਾਹੀਦੀ ਆ ਠੀਕ ਹੈ ਜੀ ਤੇ ਕਈ ਵਾਰ ਬੰਦਿਆਂ ਨੂੰ ਨਵੇਂ ਬੰਦਿਆਂ ਨੂੰ ਬੰਦਾ ਉਹ ਵੀ ਕਹਿ ਕੇ ਦੇ ਦਿੰਦਾ ਬੱਕਰੀ ਫੰਡਰ ਬੱਕਰੀ ਵੀ ਗੱਬਣ ਕਹਿ ਕੇ ਦੇ ਦਿੰਦਾ ਤੇ ਉਹ ਬੰਦੇ ਵਿੱਚ ਫਿਰ ਉਹ ਬੰਦਿਆਂ ਨੂੰ ਲਾਸ ਹੋ ਜਾਂਦਾ ਬਾਈ ਫਿਰ ਅਗਲਾ ਕਹਿੰਦਾ ਸਾਨੂੰ 2 ਰੁਪਏ ਬਣਦੇ ਨਹੀਂ ਉਸ ਕਰਕੇ ਨਹੀਂ ਗਲਤ ਹੋ ਜਾਂਦਾ ਕੰਮ ਬਾਈ ਠੀਕ ਆ ਜੀ ਆਪਾਂ ਤਾਂ ਹੀ ਕਹਿਣਾ ਵੀ ਜਿਹੜਾ ਵੀ ਹੁੰਦਾ ਕੋਈ ਨਵਾਂ ਪਸ਼ੂ ਲੈਂਦਾ ਉਹਨੂੰ ਸਹੀ ਨੌਲੇਜ ਕਰਕੇ ਪਸ਼ੂ ਦਿਓ ਬਾਈ ਸਹੀ ਗੱਲ ਹੈ ਨਵੇਂ ਬੰਦੇ ਨਾਲ ਧੋਖਾ ਧੜੀ ਨਾ ਕਰੋ ਕਿਉਂਕਿ ਹੁਣ ਕੱਲ ਨੂੰ ਫਿਰ ਐ ਹੁੰਦਾ ਬੰਦਾ ਪਿੱਛੇ ਹਟ ਜਾਂਦਾ ਫਿਰ ਅਗਲਾ ਕਹਿੰਦਾ ਵੀ ਸਾਨੂੰ ਕੁਝ ਬਣਿਆ ਨਹੀਂ ਨਾਲੇ ਅਗਲਾ ਮਤਲਬ ਕਿ ਗਾਲੀ ਗਲੋਚ ਦਿੰਦਾ ਫਿਰ ਬਾਈ ਗਲਤ ਹੋ ਜਾਂਦਾ ਗਲਤ ਹੋ ਜਾਂਦਾ ਕੰਮ ਬਾਈ ਹੁਣ ਇਹਦੇ ਬਾਰੇ ਦੱਸੋ ਮਾੜਾ ਜਾ ਕਿਵੇਂ ਆ ਇਹ ਬਾਈ ਦੂਜੇ ਸੂਏ ਸੂਗੀ ਮਤਲਬ ਕਿ ਪੱਠਾ ਹੁਣੇ ਗੱਬਣਾ ਜਾ ਕਿਵੇਂ ਕ੍ਰਾਸ ਕਰਾਈ ਹੋਈ ਸੀ ਬਾਈ ਆਪਣੀ ਹੁਣ ਇਹਨ 2 ਮਹੀਨਿਆਂ ਦੇ ਤਕਰੀਬਨ ਹੋ ਗਿਆ ਵੀ ਹੁਣ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਗੱਬਣਾ ਜਾਂ ਫੰਡਰਾ ਆਪਾਂ ਕਹਿ ਨਹੀਂ ਕਿ ਅਗਲੇ ਨੂੰ ਫੰਡਰ ਨਹੀਂ ਹੈਗੀ ਗਰੰਟੀ ਨਹੀਂ ਫੰਡਰ ਕਹਿ ਕੇ ਦੇਵਾਂਗੇ ਫੰਡਰ ਕਹਿ ਕੇ ਦੇਵਾਂਗੇ ਅਗਲੇ ਦੀ ਕਿਸਮਤ ਆ ਵੀ ਗੱਬਣ ਨਿਕਲਿਆ ਵਾ ਜਾਂ ਨਾ ਨਿਕਲੇ ਪਰ ਆਪਾਂ ਫੰਡਰ ਕਹਿ ਕੇ ਦੇਵਾਂਗੇ ਕੋਈ ਨਾ ਕੱਦ ਕਿੰਨਾ ਕਹੂਗਾ ਕੱਦ ਇਹਦਾ ਹੈਗਾ ਬਾਈ 37 ਪਲੱਸ ਹੀ ਹੈ ਕੱਦ ਇਹਦਾ 37 ਪਲੱਸ ਹੈ ਨਾ ਨਵੇਂ 6 ਦੰਦ ਆ ਬਾਈ 6 ਦੰਦ ਬੱਕਰੀ ਬਾਈ ਦੇ ਨਵੀਂ ਬੱਕਰੀ ਵਿੱਚ 6 ਦੰਦ ਬੱਕਰੀ ਹੈ 6 ਦੰਦ ਬੱਕਰੀ ਹੈ ਬਾਈ ਕਿੰਨੇ ਰੁਪਏ ਮੰਗਦੇ ਹੋ ਮੰਗੇ ਦਾਦਾ ਬਾਈ 17000 ਰੁਪਏ ਲਓ ਬਾਈ ਜੀ ਦੇ ਸਕਦੇ ਹੋ ਕੁੱਲ 17000 ਰੁਪਏ ਮੰਗਿਆਗਾ ਦੇ ਸਕਦੇ ਹੋ ਵਧੀਆ ਬੱਕਰੀ ਆ ਨਾ ਯਾਰ ਪੂਰੀ ਸ਼ੌਂਕ ਨਾਲ ਪਾਲੀ ਹੋਈ ਆ ਬਾਈ ਸ਼ੌਂਕ ਨਾਲ ਪਰ ਫੁੱਲ ਖੁਰਾਕ ਦੇ ਕੇ ਪਾਲੀ ਹੋਈ ਆ ਵਧੀਆ ਸ਼ੌਂਕ ਨਾਲ ਪਾਲੀ ਹੋਈ ਆ ਬਾਈ ਕਿਸੇ ਪਾਸੋਂ ਆਈ ਨਹੀਂ ਹੈਗਾ ਵੀ ਕਿਸੇ ਪਾਸੋਂ ਕਮੀ ਹੋਊਗੀ ਠੀਕ ਆ ਬਾਈ ਦੇਖ ਸਕਦੇ ਹੋ ਗੰਨ ਦਿਖਾ ਦੇ ਇੱਕ ਵਾਰੀ ਸੋਹਣੀ ਬੱਕਰੀ ਹੈ ਚਿੱਟੀ ਅੱਖ ਦੀ ਹੈ ਲੰਮੇ ਕੰਨ ਨੇ ਬਾਈ
ਕੱਲ ਨੂੰ ਅਗਲਾ ਕਈ ਵਾਰ ਅਗਲੇ ਕਿਸਮ ਤੋਂ ਪਤਾ ਲੱਗਣ ਲੱਗ ਜਾਂਦਾ ਬੱਕਰੀ ਇਹਦਾ ਬਾਈ ਸਾਢੇ ਕਿ 3 ਮਹੀਨਿਆਂ ਬਾਅਦ ਬੱਕਰੀ ਦਾ ਆਟੋਮੈਟਿਕ ਪਤਾ ਲੱਗਣ ਲੱਗ ਜਾਂਦਾ ਸਾਢੇ 3-4 ਮਹੀਨੇ ਤੋਂ ਪਤਾ ਹੀ ਲੱਗਣ ਲੱਗ ਜਾਂਦਾ ਹੁਣ ਸਾਢੇ ਕਿ 3 ਮਹੀਨੇ ਤੋਂ ਬੱਕਰੀ ਦਾ ਪਤਾ ਲੱਗਣ ਲੱਗ ਜਾਂਦਾ ਚਲੋ ਠੀਕ ਆ ਬਾਈ ਓਕੇ ਬਾਈ ਧੰਨਵਾਦ ਚਲੋ ਅੱਗੇ ਜਾ ਆਹ ਬੱਕਰੀ ਵਿਕਾਊ ਹੈ ਜੀ ਦੁੱਧ ਵਾਲੀ ਬੱਕਰੀ ਹੈ ਵਧੀਆ ਦੇਖੋ ਦਿਖਾਓ ਬਾਈ ਦੇਖ ਸਕਦੇ ਹੋ ਇਹ ਨਾਲ ਬੱਚਾ ਹੈਗਾ ਕੋਈ ਇਹਦੇ ਨਾਲ ਬੱਚਾ ਹੈਗਾ ਜੀ ਅੱਛਾ ਆ ਬੱਚਾ ਇਹਦੇ ਨਾਲ ਅੱਛਾ ਇਹ ਨਾਲ ਇਹ ਬੱਚਾ ਹੈਗਾ ਪੱਠਾ ਹੈ ਜੀ ਕੈਰੀ ਪੱਠਾ ਕਿੰਨੇ ਰੁਪਏ ਮੰਗਦੇ ਹੋ ਇਹਦਾ 27,000 ਜੀ ਲਓ ਜੀ 27,000 ਰੁਪਏ ਮੰਗਿਆ ਬੱਕਰੀ ਦਾ ਦੁੱਧ ਕਿੰਨਾ ਕਹੂਗਾ ਪੰਗੂ ਸਾਹਿਬ ਦੁੱਧ ਕੱਢੂਗੇ ਦੇਖੋ ਹਜੇ ਸੂਈ ਨੂੰ 3-4 ਕਿਤੇ ਨਹੀਂ ਹੋਏ ਨੇ ਮੇਰੇ ਖਿਆਲ ਚ 3-3.5 ਲੀਟਰ ਦੇ ਦੂਗੀ ਅੱਛਾ ਜੀ ਅੰਦਾਜ਼ਾ ਆ ਲੇਵਾ ਦੱਸ ਹੀ ਰਿਹਾ ਮੈਨੂੰ ਭਾਂਡਾ ਦੱਸ ਰਿਹਾ ਗੱਲ ਹੈ ਬਾਈ ਭਾਂਡਾ ਦੱਸ ਰਿਹਾ ਹੈਗਾ ਮਾੜੀ ਗਾਈ ਵਰਗਾ ਲੇਵਾ ਹੈ ਲਓ ਜੀ 3.5 ਕਿਲੋ ਪੰਗੂ ਸਾਹਿਬ ਕਹਿੰਦੇ ਵੀ ਦੇ ਦੂਗੇ ਦੁੱਧ ਮੰਗੇ ਕਿੰਨੇ ਦਾ 27,000 ਰੁਪਏ ਜੀ 27,000 ਰੁਪਏ ਆ ਆ ਬੱਕਰੀ ਖੜੀ ਆ ਇਹ ਵੀ ਤਾਜੀ ਸੂਈ ਆ ਆ ਬੱਚਾ ਇਹਦਾ ਇਹਦਾ ਵੀ ਇਕੱਲਾ ਹੀ ਬੱਚਾ ਹੈ ਇਹ ਕਿੰਨੇ ਇੱਕ ਦਿਨਾਂ ਦਾ ਇਹ ਤਾਂ ਕੱਲ ਪਰਸੋਂ ਹੀ ਸੂਈ ਆ ਪਰਸੋਂ ਹੀ ਸੂਈ ਆ ਨਾੜੂਆ ਵੀ ਟੁੱਟਿਆ ਜੀ ਮੈਂ ਤਾਜੀ ਤਾਜੀ ਬੱਕਰੀਆਂ ਲੈ ਕੇ ਇਹਦਾ ਵੀ ਲੇਵਾ ਦਿਖਾ ਦੇ ਬਈ ਲੇਵਾ ਇਹਦਾ ਵੀ ਲੇਵਾ ਦਿਖਾ ਦੇ ਸਾਰਾ ਚੀਜ਼ ਸਾਫ ਸੁਥਰੀ ਆ ਵਧੀਆ ਨਾ ਇਹ ਵਾ ਸੁਥਰੀ ਬੱਕਰੀ ਆ ਦੇਖ ਸਕਦੇ ਹੋਵੇ ਇਹਦੇ ਕਿੰਨੇ ਰੁਪਏ ਮੰਗਦੇ ਇਹਦਾ ਵੀ 27,000 ਜੀ ਇਹਦਾ ਵੀ 27,000 ਰੁਪਏ ਅੱਖਾਂ ਚਿੱਟੀਆਂ ਨੇ ਇਹਦਾ ਮਤਲਬ 36 ਇੰਚ ਹੋਊਗਾ ਜੀ 37 ਅੰਦਾਜ਼ਾ ਆ 37 ਕੱਦ ਹਨਾ ਹਾਂਜੀ ਹਾਂਜੀ ਇਹਦਾ ਵੀ 27,000 ਰੁਪਏ ਮੰਗੇਗਾ ਹਾਂਜੀ ਹੋਰ ਦਿਖਾਓ ਜੀ ਬੱਕਰੀ ਕੋਈ ਹੋਰ ਆ ਇੱਕ ਆ ਵੀ ਸੂਣ ਵਾਲੀ ਹੈ ਇਹ ਵੀ ਸੂਣ ਵਾਲੀ ਹੈ ਜੀ ਨਾਗਰੀ ਇਹਦੇ ਕਿੰਨੇ ਰੁਪਏ ਮੰਗਦੇ ਹੋ ਇਹਦਾ ਮੰਗਦੇ 32,000 ਰੁਪਏ ਜੀ 32 ਵਾਲੀ ਕੱਢੋ ਬਾਰੇ ਇੱਕ ਵਾਰੀ ਦੇਖ ਲਈ ਮੜੀ ਬੱਕਰੀ ਬੱਕਰੀ ਭਾਰੀ ਆ ਨਾ ਇਹ ਕਿੰਨੇ ਸੂਏ ਜੀ ਇਹ ਹੈਗੀ ਚੌਥੇ ਸੂਏ ਜੀ ਚੌਥੇ ਸੂਏ ਬੱਕਰੀ ਆ ਬਾਈ ਦੇਖ ਸਕਦੇ ਹੋਗੇ 32,000 ਰੁਪਏ ਮੰਗਿਆ ਤਾਂ ਜੀ ਹਾਂਜੀ ਹਾਂਜੀ ਲੋ ਜੀ ਪਰ ਜੈਨੂਅਨ ਜਿਹੜਾ ਰੇਟ ਹੈ ਉਹ ਹੁਣ 45 ਮੰਗ ਕੇ ਅਗਲਾ 20,000 ਦੇ ਦਿੰਦਾ ਉਹ ਕੋਈ ਫਾਇਦਾ ਨਹੀਂ ਬਾਈ ਕੰਨ ਦਿਖਾ ਦੇ ਨੱਕ ਦਿਖਾ ਦੇ ਬਾਈ ਕੋਈ ਸਰ ਨੂੰ ਦੇਖ ਸਕਦੇ ਹੋਗੇ 32,000 ਰੁਪਏ ਮੰਗੇ ਕਿੱਥੇ ਤੱਕ ਛੱਡ ਦੋਗੇ ਜੀ ਛੱਡ ਦਾਂਗੇ 28 ਦੀ ਛੱਡ ਦਾਂਗੇ 28 ਛੱਡ ਦੋ ਹਨਾ ਉੱਥੇ ਲਿਆ ਕੇ ਛੱਡ ਦੋਗੇ 27-28 ਚ ਹਾਂ 26,000 ਤਾਂ ਤੇ ਲੱਗੀ ਜਾਂਦਾ ਦੇਖੋ 26 ਲੱਗੀ ਜਾਂਦਾ ਹਾਂ ਪਰ 28 ਤੋਂ ਘੱਟ ਦੇਣੀ ਨਹੀਂ ਹੈਗੀ ਠੀਕ ਹੈ ਜੀ ਬੱਚੇ 3 ਦਿੰਦੀ ਆ ਇਹ ਤਕਰੀਬਨ 3 ਬੱਚੇ ਦਿੰਦੀ ਆ ਲਓ ਬਾਈ ਜੀ ਦੇਖ ਸਕਦੇ ਮੇਨ ਗੱਲ ਇਹ ਆ ਵੀ 3 ਬੱਚੇ ਬਾਕੀ ਦੇਖੋ ਆਏ ਬਾਰ ਆਉਂਦੇ ਨੇ ਨਹੀਂ ਮਤਲਬ ਦਿੰਦੀ ਤਾਂ 3 ਹੀ ਆ ਕਈ ਰਿਜ਼ਲਟ ਐਂ ਵੀ ਆ ਜਾਂਦੇ ਮੇਰੇ ਕੋਲ ਕਈ ਵਾਰ ਦੇਖਿਆ 3 ਵਾਲੀ 1 ਵੀ ਦੇ ਦਿੰਦੀ ਆ 3 ਵਾਲੀ 1 ਵੀ ਇਹਦਾ ਕੁਦਰਤ ਦੇ ਹੱਥ ਚ ਪਹਿਲਾਂ ਦਿੱਤੇ ਨੇ 3 ਬੱਚੇ ਠੀਕ ਆ ਜੀ ਪਰ ਦੇ 1 ਵੀ ਸਕਦੀ ਆ 2 ਵੀ ਦੇ ਸਕਦੀ ਆ 3 ਵੀ ਦੇ ਸਕਦੀ ਬਾਕੀ ਰੱਬ ਦਾ ਹੱਥ ਹੈ ਬਾਕੀ ਰੱਬ ਦਾ ਹੱਥ ਹੈ ਟਕਿਆ ਢੋਲ ਆ ਹੁਣ ਮੇਰੇ ਕੋਲ ਇੱਕ ਘਰੇ ਬੱਕਰੀ ਖੜੀ ਆ ਉਹ 2 ਸਾਲ ਉਹਨੇ ਲਗਾਤਾਰ 3-3 ਬੱਚੇ ਦਿੱਤੇ ਨੇ ਅੱਛਾ ਐਂ ਕੀ ਇਕੱਲਾ ਹੀ ਦਿੱਤਾ ਹੈ ਜੀ ਇਕੱਲਾ ਹੀ ਦਿੱਤਾ ਬੱਕਰਾ ਸੋਹਣਾ ਹੈਗਾ ਠੀਕ ਵੀ ਇਹ ਤਾਂ ਪਰਮਾਤਮਾ ਦੇ ਹੱਥ ਚ ਗੱਲ ਲੱਭਣ ਕਿੰਨੀ ਆਉਣੇ ਇਹ ਤਿਆਰ ਹੈ ਬਸ ਸੂਣ ਤੇ ਸੁਣਦੇ ਤੇ ਹਾਂ ਹਫਤੇ 10 ਦਿਨਾਂ ਸੂਪੂ ਬੜੇ ਤੋੜੀ ਖੜੀ ਹੈ ਨਾ ਹਾਂ ਸੂਪੂ ਛੇਤੀ ਚਲੋ ਠੀਕ ਆ ਪੰਗੂ ਸਾਹਿਬ ਉਹ ਵੀ ਸ਼ੇਰੀ ਵੀ ਬਿਕੇਗਾ ਪਰ ਲੈ ਲਓ ਵੀ ਦਿਖਾ ਦਿਓ ਫਿਰ ਆਜੋ ਬਈ ਸ਼ੇਰੀ ਬੱਕਰੀ ਦਿਖਾਈ ਤੁਹਾਨੂੰ ਇੱਕ ਦੇਖ ਸਕਦੇ ਹੋਗੇ ਕੱਢ ਲਓ ਵੀ ਇੱਧਰ ਦੱਸੋ ਜੀ ਇਹ ਵੀ ਬੱਕਰੀ ਸੋਹਣੀ ਸੁਨੱਖੀ ਦੰਦ ਪੂਰੇ ਆ ਨਵੇਂ ਦੰਦ ਨੇ ਕੀ ਹੈ ਜੀ ਇਹ ਡਿਟੇਲ ਇਹਦੀ ਇਹ ਸੂਣ ਦਾ ਇਹਦਾ 10 ਕਿਨ ਰਹਿੰਦੇ ਨੇ ਬਸ ਠੀਕ ਆ ਜੀ ਤੇ ਨੱਕ ਨੂੰ ਕਸੋਣਾ ਹੈ ਅੱਖਾਂ ਚਿੱਟੀਆਂ ਨੇ ਇਹ ਤੀਜੇ ਸੂਏ ਜੀ ਤੀਜੇ ਸੂਏ ਬੱਕਰੀ ਆ ਜੀ ਦੰਦ ਦੰਦ ਪੂਰੇ ਜੀ ਕਸਾਈ ਤਾਂ ਨਹੀਂ ਨਾ 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 ਦੇਖੋ ਜੀ ਲਓ ਜੀ ਨਵੇਂ 8 ਦੰਦ ਨਵੇਂ 8 ਦੰਦ ਆ ਬਿਲਕੁਲ ਫਰੈਸ਼ ਸੁਰੀਆਂ ਵਰਗੇ ਖੜੇ ਨੇ ਦੇਖ ਸਕਦੇ ਹੋ ਕਿੰਨੇ ਰੁਪਏ ਮੰਗਦੇ ਪੰਗੂ ਸਾਹਿਬ ਦੇ ਇਹਦਾ ਮੰਗਦਾ ਜੀ 33,000 ਰੁਪਇਆ 33,000 ਰੁਪਇਆ ਮੰਗਿਆ ਬਾਈ ਜੀ ਕਿੰਨੇ ਸੂਏ ਕਿਹਾ ਸੀਗਾ ਜੀ ਤੀਜੇ ਜੀ ਤੀਜੇ ਸੂਏ ਬੱਕਰੀ ਹੈਗੀ 33,000 ਰੁਪਏ ਮੰਗਿਆ ਪੰਗੂ ਸਾਹਿਬ ਜੀ ਨੇ ਦੇਖ ਸਕਦੇ ਹੋਗੇ ਸੋਹਣੀ ਬੱਕਰੀ ਹੈਗੀ ਪੂਰੀ ਲੰਮੀ ਲੰਜੀ ਹੈਗੀ ਕੱਦ ਹੋਊਗਾ 37.5 37 ਹਨ ਹਾਂ 37 ਇੰਚ ਹੋਊਗਾ ਹਾਂ 37 ਇੰਚ ਦਾ ਕੱਦ ਹੈਗਾ ਹੋਰ ਦਿਖਾਓ ਬੱਕਰੀ ਇੱਕ ਉਹ ਬਿਨਾ ਸਿੰਘਾਂ ਵਾਲੀ ਖੜੀ ਆ ਹਾਂ ਬਿਨਾ ਸਿੰਘਾਂ ਵਾਲੀ ਇਹਨੂੰ ਖੋਲੀ ਬਈ ਪੂਸਲੀ ਜੀ ਦਿਖਾ ਦਿਓ ਤੁਹਾਨੂੰ ਪੰਗੂ ਸਾਹਿਬ 10-12 ਬੱਕਰੀਆਂ ਲੈ ਕੇ ਆਏ ਨੇ ਇਹ ਬਿਨਾ ਸਿੰਘਾਂ ਵਾਲੀ ਦਾ ਕੀ ਰਾਜ ਹੈ ਇੱਕ ਹੋਣੀ ਹੈ ਜਿਹਦੀ ਰਾਜਸਥਾਨ 'ਚ ਬਹੁਤ ਡਿਮਾਂਡ ਹੈ ਹਿਮਾਚਲ 'ਚ ਬਹੁਤ ਹਿਮਾਚਲ ਭੇਜਿਆ ਜੀ ਪਿੱਛੇ ਜੇ ਮਾਲ ਮੈਂ ਅੱਛਾ ਜੀ 2 ਸਾਲ ਹੋ ਗਏ 7-8 ਨਾਲ ਤੇ ਮੇਰੇ ਕੋਲ ਘੋਨੀਆਂ 3-4 ਘੋਨੀਆਂ ਹਾਂ ਡਾਕਟਰ ਡਿਮਾਂਡ ਵਧੀਆ ਇਹਨਾਂ ਦੀ ਵੀ ਬਹੁਤ ਵਧੀਆ ਇਹ ਕਹਿੰਦੇ ਸੋ ਵਧੀਆ ਨਾ ਭੇੜੇ ਨਾ ਸਿੰਘ ਤੜਾਵੇ ਸਾਰਾ ਕੁਝ ਵਧੀਆ ਦਾ ਠੀਕ ਠੀਕ ਹੈ ਜੀ ਦੱਸੋ ਇਹਦੇ ਬਾਰੇ ਜੀ ਇਹ ਤੀਜੇ ਸੂਏ ਜੀ ਅੱਛਾ ਜੀ ਹਾਂ ਜੀ ਹਾਂ ਦੰਦ ਦੇ ਵੀ ਪੂਰੇ ਖੜੇ ਨੇ ਹਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਨੱਕ ਦੇਖ ਸਰ ਮਤਲਬ ਪੂਰਾ ਹਾਂ ਨੱਕ ਕੁੰਡਾ ਪੂਰਾ ਅੱਖਾਂ ਚਿੱਟੀਆਂ ਨੇ ਜੇ ਇਹਦੇ ਸਿੰਗ ਹੁੰਦੇ ਮਹਿੰਗੀ ਬੜੀ ਵਿਕਦੀ ਜਿਹੜੇ ਰਾਜਸਥਾਨ ਦੇ ਬੰਦੇ ਨੇ ਹਾਂਜੀ ਤੇ ਜਾਂ ਹਿਮਾਚਲ ਮੁੰਡੀ ਮੁੰਡੀ ਆਪਾਂ ਕੋਨੀ ਕਹਿੰਦੇ ਨੇ ਮੁੰਡੀ ਕਹਿੰਦੇ ਉਹ ਮੁੰਡੀ ਕਹਿੰਦੇ ਨੇ ਹਾਂ ਉਧਰ ਬਹੁਤ ਡਿਮਾਂਡ ਹੈ ਦੀ ਠੀਕ ਇਹ ਕੁਦਰਤ ਵਾਲੀ ਮਸਲ ਦਾ ਆ ਹੀ ਨਹੀਂ ਹੈਗੇ ਸਿੰਗ ਠੀਕ ਹੈ ਕਿੰਨੇ ਸੂਏ ਆ ਜੀ ਇਹ ਤੀਜੇ ਸੂਏ ਜੀ ਇਹ ਵੀ ਤੀਜੇ ਸੂਏ ਗੱਬਣ ਗੱਬਣ 3 ਕੁ ਮਹੀਨੇ ਦੀ ਹੈਗੀ ਜੀ 3 ਕੁ ਮਹੀਨੇ ਦੀ ਗੱਬਣ ਆ ਬਈ ਦੇਖ ਸਕਦੇ ਹੋਗੇ ਹਾਂਜੀ
ਹੂਸਲੀ ਜੀ ਬੱਕਰੀ ਹੈਗੇ ਬੜੇ ਬੜੇ ਜੱਤਲ ਬੱਕਰੀ ਜੀ ਹੋ ਜਾਂਦੀ ਨਾ ਹਾਂਜੀ ਹਾਂ ਕਿੰਨੇ ਰੁਪਏ ਮੰਗਦੇ ਤੁਸੀਂ ਇਹਦਾ 24000 ਰੁਪਏ ਜੀ ਲਓ ਜੀ 24000 ਰੁਪਏ ਮੰਗਿਆ ਪੰਗੂ ਸਾਹਿਬ ਨੇ ਦੇਖ ਸਕਦੇ ਹੋਗੇ ਜੇ ਗੱਬੜ ਦੀ ਆਪਣੀ ਗਰੰਟੀ ਹੁੰਦੇ ਨੇ ਤੇ ਪੰਗੂ ਸਾਹਿਬ ਹਾਂਜੀ ਇਹੀ 50000 ਦੀ ਵਿਕਦੀ ਹਾਂਜੀ ਹਾਂ ਕੱਦ ਬਿੱਟ ਵਧੀਆ ਖਰਾ ਕੱਦ ਵਧੀਆ ਸੀ ਨੱਕ ਦੇ ਸਕਦੇ ਹੋ ਨੱਕ ਨੂੰ ਸਾਰਾ ਨੱਕ ਕੁੰਡਾ ਨੱਕ ਹੁੰਦਾ ਨਹੀਂ ਨਾ ਬੱਕਰੀ ਦਾ ਕੁੰਡਾ ਹੈ ਜਿੰਨੇ ਦਾ ਕੁੰਡਾ ਹੈਗਾ ਹਾਂਜੀ ਹਾਂਜੀ 24000 ਰੁਪਏ ਮੰਗ ਲੈਣਾ ਹਾਂਜੀ ਲੱਗੀ ਜਾਂਦਾ ਕੁਛ ਇਹ ਤੇ ਲੱਗਿਆ ਜੀ 18-19000 ਰੁਪਇਆ ਸਹੀ ਕਿਉਂਕਿ ਆਪਾਂ ਤੁਹਾਨੂੰ ਪਤਾ ਝੂਠ ਜਿਹਾ ਬੋਲ ਕੇ ਰਾਜੀ ਨਹੀਂ ਜਿਹੜੀ ਗੱਲ ਹੁੰਦੀ ਹੈ ਕਲੀਅਰ ਹੋਈ ਆ 18-19 ਚਲੋ ਠੀਕ ਆ ਪੰਗੂ ਸਾਹਿਬ ਹਾਂਜੀ ਓਕੇ ਜੀ ਧੰਨਵਾਦ ਜੀ ਠੀਕ ਆ ਬਾਈ ਚਲੋ ਅੱਗੇ ਚੱਲਦੇ ਲਓ ਬਾਈ ਜੀ ਜੱਗਾ ਬਾਈ ਆਪਣੇ ਲਵੇ ਆਇਆ ਹੋਇਆ ਹੈਗਾ ਗੱਲਬਾਤ ਕਰ ਦਿਆਂਗੇ ਆਪਾਂ ਤਾਜ਼ੀ ਸੂਈ ਬੱਕਰੀ ਹੈਗੀ ਬਾਈ ਕੋਲ ਇੱਕ ਇਹਦੇ ਬਾਰੇ ਗੱਲਬਾਤ ਕਰ ਦਿਆਂਗੇ ਇੱਧਰ ਆਇਆ ਸਾਰੇ ਪਹਿਲਾਂ ਦਿਖਾ ਦਈਏ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਬੱਕਰੀ ਹੁਣੀ ਸੂਈ ਹੈ ਨਾ ਜੀ ਤਾਜ਼ੀ ਹੁਣੀ ਸੂਈ ਹੈ ਕੀ ਆਏ ਨੇ ਜੀ ਇੱਕ ਪੱਠਾ ਇੱਕ ਬੱਕਰਾ ਜੀ ਲਓ ਜੀ ਇੱਕ ਪੱਠਾ ਹੈਗੀ ਇੱਕ ਬੱਕਰਾ ਨਾ ਸੋਹਣੇ ਬੱਚੇ ਆਏ ਨੇ ਦੋਏ ਹਾਂਜੀ ਦੇਖ ਸਕਦੇ ਹੋਗੇ ਅੱਗੇ ਇੱਕ ਲਾਲ ਡੱਬਾ ਇੱਕ ਕਾਲਾ ਚਿੱਟਾ ਡੱਬਾ ਹਾਂਜੀ ਬੱਕਰੀ ਕਿੰਨੇ ਦੰਦਾ ਜੀ 8 ਦੰਦਾ ਜੀ ਬੱਕਰੀ 8 ਦੰਦਾ ਬਈ ਦੇਖ ਸਕਦੇ ਹੋ ਹੋਊਗਾ 37 ਇੰਚ ਦਾ ਕੱਦ ਹੋਊਗਾ ਹਾਂਜੀ ਹੈਗਾ ਕਿੰਨੇ ਰੁਪਏ ਮੰਗਦੇ ਹੋ ਜੀ ਇਹਦਾ ਜੀ 32000 ਰੁਪਏ 32000 ਰੁਪਏ ਮੰਗਦੇ ਬਈ ਦੇਖ ਸਕਦੇ ਹੋ ਕਿੰਨੇ ਸੂਏ ਆ ਜੀ ਤੀਜੇ ਸੂਏ ਸੂਏ ਬਟ ਤੀਜੇ ਸੂਏ ਬੱਕਰੀ ਸੂਈ ਹੈਗੀ ਦੇਖ ਸੋਹਣੀ ਬੱਕਰੀ ਹੈਗੀ ਲਾਲ ਚਿੱਟੀ ਡੱਬੀ ਜੀ ਬੱਕਰੀ ਹੈਗੀ ਸ਼ੇਰਾ ਜਿਹਾ ਕਲਰ ਆ ਨਾ ਹਾਂਜੀ ਮਿਕਸ ਜਾਗਾ ਸ਼ੇਰਾ ਜਿਹਾ ਕਲਰ ਬੱਕਰੀ ਦਾ ਹਾਂਜੀ ਠੀਕ ਹੈ ਜੀ ਤੇ ਇੱਕ ਉਹ ਬੱਕਰੀ ਦੂਸਰੀ ਸਾਨੂੰ ਉਹ ਦਿਖਾ ਦੇ ਮੱਖੀ ਚੀਨੀ ਪੱਠੀ ਮੱਖੀ ਚੀਨੀ ਪੱਠੀ ਜੀ ਇਹ ਕਿੰਨੇ ਦੰਦਾ ਜੀ ਇਹ ਵੀ 8 ਦੰਦੀ ਆ ਜੀ ਇਹ ਵੀ 8 ਦੰਦਾ ਜੀ ਪਿੱਛੇ ਬੱਚੇ ਹੈਗੇ ਨੇ ਹਾਂ ਇੱਕ ਬੱਕਰਾ ਇਹਦੇ ਮਗਰ ਜੀ ਇੱਕ ਬੱਕਰਾ ਹੈਗਾ ਤੇ ਦੁੱਧ ਕਿੰਨਾ ਖਾਊਗਾ ਦੁੱਧ ਹੈਗਾ ਜੀ 3 ਕਿਲੋ ਇਹਦੇ ਥੱਲੇ ਹੁਣ 3 ਕਿਲੋ ਦੁੱਧ ਹੈਗਾ ਗੱਬਣ ਤਾਂ ਨਹੀਂ ਦੁਬਾਰੇ ਨਾ ਜੀ ਸੂਈ ਹੋਈ ਆ ਅੱਛਾ ਹੁਣੀ ਸੂਈ ਆ ਤਾਂ ਜੀ ਠੀਕ ਹੈ ਕਿੰਨੇ ਰੁਪਏ ਮੰਗਦੇ ਹੋ ਤੁਸੀਂ ਇਹਦਾ 35000 ਰੁਪਏ ਇਹਦਾ 35000 ਰੁਪਏ ਸਾਨੂੰ ਦਿਖਾ ਦੇ ਬੱਕਰੀ ਇੱਕ ਵਾਰੀ ਦੇਖ ਸਕਦੇ ਹੋ ਸੋਹਣੀ ਬੱਕਰੀ ਆ ਬਈ ਕੱਦ ਹੋਊਗਾ ਨਾ 37 ਤੋਂ ਪਾਰ ਹੋਣਾ ਹਾਂ ਤਾਂ ਹੈ ਜੀ 38 ਦੇ ਨੇੜੇ ਆ 38 ਦੇ ਨੇੜੇ ਆਗਾ ਕੱਦ ਵਧੀਆ ਬੱਕਰੀ ਦਾ ਸੋਹਣੀ ਬੱਕਰੀ ਹੈਗੀ ਨੱਕ ਨੁੱਕ ਦੀ ਲਾਲ ਅੱਖਾਂ ਦੇ ਵਿੱਚ ਆ ਗਈ ਤੇ ਇੱਕ ਇੱਧਰ ਆਇਆ ਸ਼ੇਰੀ ਦਿਖਾਈ ਆਪਾਂ ਇਹਦੇ ਬਾਰੇ ਦੱਸੋ ਸ਼ੇਰੀ ਬਾਰੇ ਇਹ ਵੀ ਸ਼ੇਰੀ ਬੱਕਰੀ ਸੂਣ ਵਾਲੀ ਆ ਜੀ ਬਸ ਹੱਥ ਨੋਗਣ ਅੱਛਾ ਇਹ ਵੀ ਬਿਨਾ ਦਿਨਾਂ ਤੇ ਹੈਗੀ ਹਾਂ ਦਿਨਾਂ ਤੇ ਆ ਜੀ ਲਓ ਜੀ ਇਹ ਵੀ ਸੂਣ ਵਾਲੀ ਆ ਦਿਨਾਂ ਤੇ ਹੈਗੀ ਦੇਖ ਸਕਦੇ ਹੋ ਕੱਦ ਹੈਗਾ ਇਹਦਾ ਵੀ 37 ਹਾਂ ਤੇ ਕਿੰਨੇ ਰੁਪਏ ਮੰਗਦੇ ਤੁਸੀਂ ਇਹਦਾ 35000 ਹੀ ਹੈ ਇਹਦਾ 35000 ਰੁਪਏ ਲਓ ਜੀ ਇਹਦਾ 35000 ਰੁਪਏ ਮੰਗੇਗਾ ਦੇਖ ਸਕਦੇ ਹੋਗੇ ਸੋਹਣੀ ਬੱਕਰੀ ਹੈਗੀ ਬੱਚੇ ਦੇ ਦੂਗੀ ਦੋ ਹਾਂ ਜੀ ਦੋ ਦੇ ਦੇਊਗੀ ਦੋ ਦੇਊ ਜੀ ਢਿੱਡ ਦਾ ਖਾਸਾ ਵੱਡਾ ਕਰਕੇ ਹਾਂ ਨਹੀਂ ਦੋ ਜੀ ਹਾਂ ਹੁਣੀ ਸਹੀ ਹੈ ਹਾਂ ਠੀਕ ਹੈ ਜੀ ਹੋਰ ਕੋਈ ਬੱਕਰੀ ਕੇ ਹੀ ਲੈ ਕੇ ਆਏ ਸੀਗੇ ਨਾ ਬੱਕਰੀਆਂ ਤਾਂ ਆ ਬੈਠੀਆਂ ਨੇ ਇਧਰ ਜੀ ਹੋਰ ਬੱਕਰੀ ਇਧਰ ਬੈਠੀਆਂ ਨੇ ਹਾਂ ਦਿਖਾਈਏ ਆਪਾਂ ਦੇਖ ਲਓ ਦਿਖਾਈਏ ਬਈ ਦੇ ਤੱਲੀ ਚੱਲੋ ਬਈ ਸੋਹਣੀਆਂ ਬੱਕਰੀਆਂ ਲੈ ਕੇ ਆਉਂਦਾ ਹਨਾ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਨੂੰ ਜੀ ਕੰਮ ਕਰਦੇ ਨੂੰ ਤਾਂ ਬਹੁਤ ਚਿਰ ਹੋ ਗਿਆ ਜੀ ਪਹਿਲਾਂ ਭੇਡਾਂ ਭੁੰਡਾਂ ਰੱਖਦੇ ਸੀ ਮਾਂ ਭਰਾ ਇਹ ਬੱਕਰੀਆਂ 'ਚ ਪੈ ਗਏ ਹੁਣ 15 ਸਾਲ ਹੋ ਗਏ ਅੱਛਾ ਹੈ ਫਿਰ ਤੁਹਾਨੂੰ ਦਿਖਾ ਦਿਆ ਇੱਕ ਇੱਕ ਫੜ ਲਓ ਆਹਨੂੰ ਫੜੋ ਬਈ ਆਹ ਦੇਖ ਸਕਦੇ ਹੋ ਕਿੰਨੇ ਦੰਦ ਆ ਜੀ ਇਹ 8 ਦੰਦ ਹੀ ਹੈ ਜੀ ਇਹ ਵੀ 8 ਦੰਦ ਬੱਕਰੀ ਹੈਗੀ ਕਿਵੇਂ ਸੂਏ ਤੀਜੇ ਸੂਏ ਹੈ ਬਟ ਹੁਣ ਗੱਬਣ ਤਾਂ ਨਹੀਂ ਹੈਗੀ ਨਾ ਜੀ ਸੂਈ ਹੋਈ ਆ ਹਾਂ ਥੋੜ੍ਹੇ ਚਿਰ ਦੀ ਗੱਬਣ ਹੈ ਠੀਕ ਹੈ ਜੀ ਕੱਦ ਹੋਊਗਾ ਨਾ 37-38 38 ਮੰਗੂ ਹੈਗਾ ਜੀ 38 ਮੰਗੂ ਹੈਗਾ ਕਿੰਨੇ ਰੁਪਏ ਮੰਗਦੇ ਉਹਦੇ 35000 ਰੁਪਏ ਦੇ ਜੀ 35000 ਰੁਪਏ ਇਕੱਲੀ ਬੱਕਰੀ ਦਾ ਹਾਂਜੀ ਬੱਕਰੀ ਬਹੁਤ ਚੰਗੀ ਆ ਜੀ ਬੱਕਰੀ ਚੰਗੀ ਹੈ ਨਾ ਹਾਂ 35000 ਰੁਪਏ ਮੰਗਿਆ ਬਾਈ ਨੇ ਦੇਖ ਸਕਦੇ ਹੋ ਇਹਦਾ ਕਸੂਣ ਵਾਲੀਆਂ ਨੇ ਬੱਕਰੀਆਂ ਹੁਣ ਇਹਨੂੰ ਦਿਖਾਈਏ ਆਪਾਂ ਆਇਆ ਥੋੜੀ ਜਿਹੀ ਦੇਸੀ ਚ ਆ ਗਈ ਹਾਂ ਜੀ ਇਹ ਦੇਸੀ ਪੰਨ ਥੋੜੀ ਦੇਸੀ ਪੰਨ ਦੇ ਵਿੱਚ ਆ ਗਈ ਬਾਈ ਦੇਖ ਲਓ ਕੰਨ ਥੋੜੇ ਜਿਹੇ ਛੋਟੇ ਰਹਿ ਗਏ ਹਨਾ ਹਾਂ ਜੀ ਠੀਕ ਆ ਇਹਦਾ ਕੀ ਮੰਗਦੇ ਹੋ ਇਹਦਾ ਘੱਟ ਮੰਗ ਲਾਂਗੇ ਜੀ ਕਿੰਨਾ ਇਹ ਦੇ ਦਾਂਗੇ 25000 ਜੀ ਇਹ 25 ਦੇ ਦੋ ਹਾਂ ਇਹ ਥੋੜਾ ਘੱਟ ਮੰਗ ਲਾਂਗੇ ਹੋਰ ਇਹ ਕਾ ਬੱਕਰੀ ਬੈਠੀ ਆ ਹਾਂ ਜੀ ਆਪਣੀ ਹੋਏ ਹਾਂ ਜੀ ਆਪਣੀ ਹੋਈ ਆ ਠਾਹ ਇਹ ਗੱਬਣਾ ਬੱਕਰੀ ਸੁਣਨ ਵਾਲੀ ਬੱਕਰੀ ਸੋਹਣੀ ਆ ਨਾ ਬੱਕਰੀ ਹੈ ਹਾਂ ਜੀ ਠੀਕ ਆ ਜੀ ਕਿੰਨੇ ਦੰਦ ਆ ਜੀ 8 ਦੰਦ ਹੀ ਹੈ ਲਓ ਜੀ 8 ਦੰਦ ਬੱਕਰੀ ਆ ਦੇਖ ਸਕਦੇ ਹੋਗੇ ਕਿੰਨੇ ਰੁਪਏ ਮੰਗਦੇ ਹੋ ਇਹਦਾ 30000 ਜੀ 30000 ਰੁਪਏ ਬਾਈ ਦੇਖ ਸਕਦੇ ਹੋਗੇ ਹੋਊਗਾ ਕੱਦ 37 ਦਾ ਹਾਂ ਜੀ ਹੈਗਾ ਸਾਰੀਆਂ 37-38 ਵਾਲੀਆਂ ਬੱਕਰੀਆਂ ਨੇ ਬਾਈ ਕੋਲੇ ਦੇਖ ਸਕਦੇ ਹੋ ਨਵੇਂ 8 ਦੰਦ ਹਾਂ ਜੀ ਕਿਵੇਂ ਸੂਏ ਸੂਣੀਆਂ ਨੇ ਇਹ ਬਸ ਤੀਜੇ ਸੂਏ ਤੀਜੇ ਸੂਏ ਠੀਕ ਹੈ ਜੀ ਕਿੰਨੇ ਰੁਪਏ ਮੰਗਦੇ ਤੇ ਇਹਦਾ 30000 ਜੀ 30000 ਰੁਪਏ ਆ ਬਾਈ 30000 ਰੁਪਏ ਬਾਈ ਇਹਦਾ ਦੇਖ ਸਕਦੇ ਹੋ ਇੱਕ ਵਾਰ ਨਿਗਾਹ ਮਾਰ ਦੇ ਖਰ ਨਹੀਂ ਕਾ ਲਾਲ ਜੀ ਬੱਕਰੀ ਖੜੀ ਹੈਗੀ ਹਾਂ ਜੀ ਕੱਦ ਕੁੱਦ ਕਿੰਨਾ ਇਹਦਾ ਜੀ ਕੱਦ ਹੈਗਾ 37 ਇੰਚ 37 ਹੈਗਾ 37-37 ਹੈ ਇੰਨਾ 37 ਹੈਗਾ ਕੱਦ ਇੱਕ ਨੂੰ ਅੱਡ ਕੱਢ ਦਈਏ ਦੰਦ ਕਿੰਨੇ ਜੀ 8 ਦੰਦ ਹੀ ਹੈ ਜੀ ਇਹ ਵੀ ਕਿੰਨੇ ਰੁਪਏ ਮੰਗਦੇ ਤੇ ਇਹਦਾ ਜੀ 25000 ਠੀਕ ਹੈ ਜੀ ਕਿੰਨੇ ਸੂਏ ਹੈ ਜੀ ਇਹ ਹੋਊ ਚੌਥੇ ਸੂਏ ਬੱਚਾ ਤਾਂ ਨਹੀਂ ਮੰਗਦਾ ਨਾ
ਚੌਥੇ ਸੂਏ ਬਾਈ ਦੇਖ ਲਓ ਬੱਚਾ ਹੈ ਨੀਗਾ 25,000 ਮਹੀਨੇ ਦੇ ਗੱਬਣਾ ਹੈ ਡੂਢ ਕੁ ਮਹੀਨੇ ਦੇ ਗੱਬਣਾਂਗੇ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ